ਸਤਿ ਸ਼੍ਰੀ ਅਕਾਲ ਮੈਂ ਹਾਂ ਜੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਆਪ ਸਭ ਜੀ ਦਾ ਬਹੁਤ-ਬਹੁਤ ਸਵਾਗਤ ਹੈ ਮੇਰੀ ਆਪਣੇ ਮਿੱਤਰਾਂ ਨੂੰ ਦੋਸਤਾਂ ਨੂੰ ਅੰਮ੍ਰਿਤ ਪ੍ਰਸਾਰ ਦੇ ਜਿਹੜੇ ਸਬਸਕ੍ਰਾਈਬਰ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਜੋ ਵੀਡੀਓ ਅੱਜ ਅਸੀਂ ਬਣਾ ਰਹੇ ਹਾਂ ਇਸ ਨੂੰ ਅਖੀਰ ਤੱਕ ਦੇਖਣ ਕਿਉਂਕਿ ਇਹ ਵੀਡੀਓ ਬਣ ਰਹੀ ਹੈ ਅਮਰਿਤਪਾਲ ਸਿੰਘ ਜੋ ਕਿ ਵਾਰਸ ਪੰਜਾਬ ਦੇ ਮੁਖੀ ਹਨ ਅਤੇ ਨੈਸ਼ਨਲ ਸਕਿਉਰਿਟੀ ਐਕਟ ਵਿੱਚ ਡਿਬੜੂਗੜ ਅਸਾਮ ਦੀ ਜੇਲ੍ਹ ਵਿੱਚ ਬੰਦ ਹਨ ਇਸ ਵੇਲੇ ਉਹਨਾਂ ਦਾ ਜੇਲ੍ਹ ਵਿੱਚ ਦੂਜਾ ਵਾਰਾ ਸ਼ੁਰੂ ਹੋ ਚੁੱਕਾ ਹੈ ਤੇ ਉਹਨਾਂ ਨੂੰ 1 ਸਾਲ ਲਈ ਹੋਰ ਐਨਐਸਏ ਲਾ ਕੇ ਅੰਦਰ ਰੱਖਿਆ ਗਿਆ ਉਹਨਾਂ ਨਾਲ ਉਹਨਾਂ ਦੇ 8 ਸਾਥੀ ਵੀ ਹਨ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਕੇ ਕੋਈ ਸਧਾਰਨ ਕੈਂਡੀਡੇਟ ਨਹੀਂ ਹਨ ਉਹਨਾਂ ਦਾ ਆਜ਼ਾਦ ਕੈਂਡੀਡੇਟ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜਨੀ ਦੇ ਮੈਨੇ ਕੀ ਆਨੇ ਮੈਂ ਤੁਹਾਨੂੰ ਦੱਸਾਂਗਾ ਔਰ ਇਹਦਾ ਕੌਮੀ ਯਾਨੀ ਨੈਸ਼ਨਲ ਲੈਵਲ ਤੇ ਫਿਰ ਪੰਜਾਬ ਵਿੱਚ ਅਤੇ ਕੁਮਾਂਥਰੀ ਪਦਰ ਤੇ ਯਾਨੀ ਦੇਸ਼ਾਂ ਵਿਦੇਸ਼ਾਂ ਵਿੱਚ ਉਸ ਦੇ ਨਾਮੀਨੇਸ਼ਨ ਭਰਨ ਤੋਂ ਬਾਅਦ ਕੀ ਅਸਰ ਹੋਏਗਾ ਔਰ ਮੈਂ ਇਹ ਵੀ ਦੱਸਾਂਗਾ ਕਿ ਦੇਸ਼ ਦੀਆਂ ਜੋ ਏਜੰਸੀਆਂ ਹਨ ਉਹਨਾਂ ਵਿੱਚ ਵੀ ਹਲਚਲ ਕਿਵੇਂ ਮੱਚ ਚੁਕੀ ਹੈ ਔਰ ਇੱਕ ਬੜੀ ਗੱਲ ਤੁਹਾਡੇ ਸਭ ਦੇ ਮਨ ਵਿੱਚ ਆਂਦੀ ਹੋਏਗੀ ਤੇ ਉਹ ਸਮਝਣ ਵਾਲੀ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਸਾਰੇ ਕੈਂਡੀਡੇਟਾਂ ਦੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ ਕਿਉਂ ਇਹ ਮੈਂ ਤੁਹਾਨੂੰ ਹਰ ਗੱਲ ਦੀ ਬੜਤ ਖੋਲ ਕੇ ਸਟੈਪ ਬਾਈ ਸਟੈਪ ਦੱਸਾਂਗਾ ਤੋਂ ਮੇਰੀ ਆਪ ਜੀ ਨੂੰ ਫਿਰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਨਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਸ ਨੂੰ ਸਬਸਕ੍ਰਾਈਬ ਕਰੋ ਇਹਦਾ ਬੈਲ ਆਈਕਨ ਦਬਾਓ ਤਾਂ ਜੋ ਵੀਡੀਓ ਸਿੱਧੀ ਤੁਹਾਨੂੰ ਮਿਲੇ ਔਰ ਇਸ ਨੂੰ ਲਾਈਕ ਵੀ ਕਰੋ ਇਹ ਹੁਣ ਸਿਚੁਏਸ਼ਨ ਬਣ ਗਈ ਕਿ ਪਹਿਲੇ ਅਸੀਂ ਗੱਲ ਕਰਦੇ ਹਾਂ ਕਿ ਖੰਡੂਰ ਸਾਹਿਬ ਤੋਂ ਉਹ ਆਜ਼ਾਦ ਉਮੀਦਵਾਰ ਲੜਨਗੇ ਕੱਲ ਅਮਰਤਪਾਲ ਸਿੰਘ ਜੀ ਦੀ ਮਾਤਾ ਬਲਵਿੰਦਰ ਕੌਰ ਉਹਨਾਂ ਨੇ ਅੰਮ੍ਰਿਤਸਰ ਜੋ ਵਿਰਾਸਤੀ ਮਾਰਗ ਹੈ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਾਚਖੰਡ ਦੇ ਰਸਤੇ ਵਿੱਚ ਉਹਨਾਂ ਨੇ ਇੱਕ ਪਾਸੇ ਤੋਂ ਰਸਤਾ ਬੰਦ ਕੀਤਾ ਟੈਂਟ ਲੱਗਾ ਉਹਦੇ ਵਿੱਚ ਧਰਨਾ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਨਾਲ ਹੀ ਨੈਸ਼ਨਲ ਸਕਿਉਰਿਟੀ ਐਕਟ ਵਿੱਚ ਜੋ ਦਿਬੜੂਗੜ ਬੰਦ ਹਨ ਉਹਨਾਂ ਦੀ ਰਿਹਾਈ ਲਈ ਉਸ ਧਰਨੇ ਉੱਪਰ ਜਾ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਕੋਸ਼ਿਸ਼ਾਂ ਕੀਤੀ ਕਿ ਅਮਰਿਤਪਾਲ ਸਿੰਘ ਆਜ਼ਾਦ ਅਮੀਰ ਵੱਜੋਂ ਚੋਣ ਲੜਨਗੇ ਬੜਾ ਕਨਫਿਊਜ਼ਨ ਸੀ ਉਹਦਾ ਕਨਫਿਊਜ਼ਨ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਡਿਬੜੂ ਘਰ ਜੇਲ੍ਹ ਚ ਅਸਾਮ ਚ ਉਹ ਉਹਨਾਂ ਨੇ ਜੋ ਵੀ ਉਹਨਾਂ ਨੂੰ ਪਤਾ ਲੱਗਾ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਤੋਂ ਉਹਨਾਂ ਨੇ ਉੱਥੋਂ ਹੀ ਪ੍ਰੈਸ ਨਾਲ ਗੱਲ ਕਰਤੀ ਟੈਲੀਫੋਨ ਤੇ ਕਿ ਵੀ ਉਹ ਚੋਣ ਲੜਨਗੇ ਕਡੂਰ ਸਾਹਿਬ ਪਰ ਉਹਦੇ ਉੱਪਰ ਕਨਫਿਊਜ਼ਨ ਕ੍ਰੀਏਟ ਕਰਤਾ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਪਿਤਾ ਨੇ ਉਹਨਾਂ ਨੇ ਕਿਹਾ ਵੀ ਅਸੀਂ ਜਾ ਰਹੇ ਹਾਂ ਪਤਾ ਕਰਨ ਤੇ ਅਸੀਂ ਪਤਾ ਕਰਕੇ ਦੱਸਾਂਗੇ ਸਾਡੇ ਕੋਲ ਕੋਈ ਨੌਲੇਜ ਨਹੀਂ ਇਸ ਗੱਲ ਦੀ ਕਿ ਉਹ ਚੋਣ ਲੜਨਗੇ ਖੈਰ ਉਹਨਾਂ ਦੇ ਪਿਤਾ ਤਰਸੇਮ ਸਿੰਘ ਜੀ ਚਾਚਾ ਸੁਖਜਾਇਨ ਸਿੰਘ ਜੀ ਵੀਰਵਾਰ ਨੂੰ ਉਹਨਾਂ ਨੇ ਮੁਲਾਕਾਤ ਕੀਤੀ ਦਿਬੜੂਵਾਰ ਚ ਅੱਜ ਨਿਚਰਵਾਰ ਤੇ ਕੱਲ ਸ਼ੁੱਕਰਵਾਰ ਉਹਨਾਂ ਦੀ ਮਾਤਾ ਨੇ ਪ੍ਰੈਸ ਕਾਨਫਰੰਸ ਕਰਕੇ ਕੋਸ਼ਿਸ਼ਾਂ ਕਰਦੀ ਕਿ ਉਹ ਲੜਨਗੇ ਉਹਨਾਂ ਨੇ ਉੱਥੇ ਜੋ ਵੀ ਗੱਲਬਾਤ ਕੀਤੀ ਹੋਏਗੀ ਉਹਨਾਂ ਨੇ ਆਪਣੀ ਘਰ ਵਾਲੀ ਯਾਨੀ ਮਾਤਾ ਨੂੰ ਦੱਸਿਆ ਬਲਵਿੰਦਰ ਕੋਰ ਨੂੰ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਹੁਣ ਇਹਦੀ ਜੋ ਪ੍ਰਭਾਵ ਕੀ ਪਏਗਾ ਖੰਡੂਰ ਸਾਹਿਬ ਦੀ ਚੋਣ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਨੇ ਉੱਥੇ ਕੈਂਡੀਡੇਟ ਅਨਾਉਂਸ ਕੀਤਾ ਲਾਲਜੀਤ ਸਿੰਘ ਪੁੱਲਰ ਹੈ ਬੀਐਸਪੀ ਨੇ ਸੁਖਚੈਨ ਸਿੰਘ ਮਾਨ ਨੂੰ ਦਿੱਤਾ ਬੀਜੇਪੀ ਨੇ ਮਨਦੀਪ ਸਿੰਘ ਮੰਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਕਿ ਸਿਮਰਨ ਮਾਨਜੀਤ ਸਿੰਘ ਦਾ ਹੈ ਉਹਨਾਂ ਨੇ ਹਰਪਾਲ ਸਿੰਘ ਬਲੇਰ ਨੂੰ ਟਿਕਟ ਦਿੱਤੀ ਹੈ ਜੋ ਸੋ ਇੱਕ ਬੜਾ ਇੰਪੋਰਟੈਂਟ ਪੁਆਇੰਟ ਜਿਹੜਾ ਮੈਂ ਇੱਥੇ ਜ਼ਰੂਰ ਦੱਸਣਾ ਚਾਹਨਾ ਕਿ ਕੀ ਸਿਮਰਨਜੀਤ ਸਿੰਘ ਮਾਨ ਆਪਣੇ ਕੈਂਡੀਡੇਟ ਹਰਪਾਲ ਸਿੰਘ ਬਲੇਰ ਨੂੰ ਖਡੂਰ ਸਾਹਿਬ ਤੋਂ ਵੇਦਰਾ ਕਰਾਨਗੇ ਜਾਂ ਇਹ ਦੋਨੋਂ ਇੱਕੋ ਹੀ ਵਿਚਾਰਧਾਰਾ ਦੇ ਹਾਮੀ ਡਟ ਗਏ ਇੱਕ ਦੂਜੇ ਦੇ ਵਿਰੁੱਧ ਇਲੈਕਸ਼ਨ ਲੜਨਗੇ ਗੋਰਖ ਧੰਦਾ ਬਣੀ ਹੋਈ ਹੈ ਗੱਲ ਕਿਉਂਕਿ ਹਲੇ ਤੱਕ ਸਿਮਰਨਜੀਤ ਸਿੰਘ ਮਾਨ ਦਾ ਕੋਈ ਰਿਐਕਸ਼ਨ ਨਹੀਂ ਆਇਆ ਉਹਨਾਂ ਨੇ ਹਲੇ ਤੱਕ ਨਹੀਂ ਕਿਹਾ ਕਿ ਉਹ ਇਹਦਾ ਵੈਲਕਮ ਕਰਦੇ ਜਾਂ ਨਹੀਂ ਉਹਨਾਂ ਨੇ ਚੁੱਪ ਹੀ ਠਾਣੀ ਹੋਈ ਹੈ ਜੇਕਰ ਉਹ ਅਮਰਪਾਲ ਸਿੰਘ ਦੀ ਚੋਣ ਲੜਨ ਦਾ welcom ਨਹੀਂ ਕਰਦੇ ਸਵਾਗਤ ਨਹੀਂ ਕਰਦੇ ਤਾਂ ਫੇਰ ਉਹ ਕੀ ਕਰਨਗੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਤੋਂ ਵੀ ਵੱਧ ਪ੍ਰਭਾਵਸ਼ਾਲੀ ਹਨ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਉਹਨਾਂ ਦਾ ਪ੍ਰਭਾਵ ਕਰਕੇ ਹੀ ਨੈਸ਼ਨਲ ਸਕਿਉਰਿਟੀ ਐਕਟ ਵਿੱਚ ਦਿਬਰੂਗੜ੍ਹ ਜੇਲ੍ਹ 'ਚ ਰੱਖਿਆ ਹੋਇਆ ਪੰਜਾਬ ਦੀ ਜੇਲ੍ਹ 'ਚ ਨਹੀਂ ਰੱਖਿਆ ਤਾਂ ਜੋ ਉਹਨਾਂ ਨੂੰ ਬਹੁਤੇ ਲੋਕ ਮਿਲ ਨਾ ਸਕਣ ਔਰ ਕੈਦੀਆਂ ਰਾਈ ਵੀ ਬਾਹਰ ਅੰਦਰ ਇਨਫਾਰਮੇਸ਼ਨ ਨਾ ਜਾ ਸਕੇ ਔਰ ਦੂਸਰਾ ਕਿ ਜਿਹੜਾ ਖਾਲਸਤਾਨ ਦੀ ਗੱਲ ਹੈ ਜਿਸ ਦੇ ਵਧ ਦੇ ਪ੍ਰਭਾਵ ਕਰਕੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਚ ਬੰਦ ਕੀਤਾ ਗਿਆ ਕਿ ਸਿਮਰਨਜੀਤ ਸਿੰਘ ਮਾਨ ਆਪਣੇ ਕੈਂਡੀਡੇਟ ਅਰਪਾਲ ਸਿੰਘ ਬਲੇਰ ਨੂੰ ਇਸ ਕੌਨਸਟੀਚੁਐਂਸੀ ਵਿੱਚੋਂ ਵਿਢਰਾ ਕਰਵਾ ਲੈਣਗੇ ਕਾਣੀ ਇਹ ਸਾਨੂੰ ਸਮਾਂ ਦੱਸੇਗਾ ਇਹ ਵੀ ਪੱਖ ਸਾਨੂੰ ਮਨ 'ਚ ਰੱਖਣਾ ਚਾਹੀਦਾ ਹੁਣ ਕਾਂਗਰਸ ਤੇ ਬੀਜੇਪੀ ਨੇ ਹਲੇ ਤੱਕ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਔਰ ਉਹ ਪਹਿਲੇ ਹੀ ਦੁਬਤਾ ਵਿੱਚ ਸਨ ਕਿ ਵੀ ਕਿਨੂੰ ਟਿਕਟ ਦੀਏ ਕਿਉਂਕਿ ਕਾਂਗਰਸ ਦੇ ਜਿਹੜੇ ਪਹਿਲੇ ਕੈਂਡੀਡੇਟ ਜਿਹੜੇ ਸਿਟਿੰਗ ਐਮਪੀ ਆਂ ਜਸਬੀਰ ਸਿੰਘ ਗਿਲ ਡਿੰਪਾ ਕਰਕੇ ਜਾਣੇ ਜਾਂਦੇ ਉਹਨਾਂ ਨੇ ਜੋ ਕਾਂਗਰਸ ਨੇ ਸਰਵੇ ਕਰਾਇਆ ਉਸ ਵਿੱਚ ਉਹਨਾਂ ਨੂੰ ਸੰਕੇਤ ਮਿਲਣ ਕਿ ਡਿੰਪੇ ਦਾ ਜਿੰਨਾ ਇਸ ਵਾਰੀ ਮੁਸ਼ਕਲ ਇਸ ਲਈ ਉਹ ਨਵੇਂ ਕੈਂਡੀਡੇਟ ਦੀ ਪਾਲ ਵਿੱਚ ਹਨ ਹੁਣ ਜਦ ਅਮਰਤਪਾਲ ਸਿੰਘ ਉਮੀਦਵਾਰ ਬਣ ਕੇ ਖਡੂਰ ਸਾਹਿਬ ਤੋਂ ਤੋਂ ਸਾਰੀਆਂ ਪਾਰਟੀਆਂ ਨੂੰ ਮੁੜ ਵਿਚਾਰ ਕਰਨੀ ਪੈਗੀ ਕਿ ਉਹਨਾਂ ਦੀ ਚੋਣ ਵਿਧੀ ਕੀ ਹੋਵੇ ਅਤੇ ਉਹ ਸਾਰਿਆਂ ਦੀਆਂ ਵੋਟਾਂ ਖਾਣਗੇ ਕਿਉਂਕਿ ਜਿੰਨੇ ਵੀ ਸਿੱਖ ਵਿਚਾਰਧਾਰਾ ਵਾਲੇ ਪੰਥਕ ਵਿਚਾਰ ਵਾਲਾ ਲੋਕ ভোটার ਹਨ ਉਹਨਾਂ ਦੇ ਮੰਨਾਂ ਵਿੱਚ ਕੁਝ ਪਰਵਰਤਨ ਆ ਸਕਦਾ ਹੈ ਔਰ ਉਹਨਾਂ ਵਿੱਚੋਂ ਕਾਫੀ ਵੱਡੀ ਸੰਖਿਆ ਦਾ ਰੁਖ ਜਿਹੜਾ ਅਮਰਪਾਲ ਸਿੰਘ ਵੱਲ ਹੋਣ ਦੀ ਸੁਭਾਵਨਾ ਨਜ਼ਰ ਆ ਰਹੀ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਕਾਂਗਰਸ ਤੇ ਅਕਾਲੀ ਦਲ ਪਹਿਲੇ ਹੀ ਦਵੰਦ ਵਿੱਚ ਹਨ ਉਹਨਾਂ ਤੋਂ ਹਲੇ ਤੱਕ ਕੈਂਡੀਡੇਟ ਜਿਹੜਾ ਹੈ ਉਹਦੇ ਬਾਰੇ ਫੈਸਲਾ ਨਹੀਂ ਹੋ ਰਿਹਾ ਉਹਦਾ ਕਾਰਨ ਵੀ ਹੈ ਹਾਲਾਂਕਿ ਤਾਂ ਇਲੈਕਸ਼ਨ ਬੜੀ ਦੂਰ ਪਈ ਹੈ ਨਾਮਿਨੇਸ਼ਨਾਂ ਜੂਨ ਚ ਇਲੈਕਸ਼ਨ ਹੋਣੀ ਹੈ 1 ਜੂਨ ਨੂੰ ਪੰਜਾਬ ਦੀ ਸੋ ਨਾਮਿਨੇਸ਼ਨ ਦਾ ਵੀ ਬੜਾ ਟਾਈਮ ਹੈ ਤੋਂ ਇਸ ਕਰਕੇ ਕਾਂ ਪਾਰਟੀਆਂ ਜਿਹੜੀਆਂ ਬੜੀ ਆਰਾਮ ਨਾਲ ਸੋਚ ਰਿਹਾ ਹਾਂ ਸੋ ਇਹ ਜੋ ਦੋ ਪਾਰਟੀਆਂ ਇਹਨਾਂ ਵਿੱਚੋਂ ਪਹਿਲੇ ਗੱਲ ਕਰਦੇ ਹਾਂ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਜੋ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਹੈ ਉਹਨਾਂ ਨੇ ਹਲੇ ਤੱਕ ਕੈਂਡੀਡੇਟ ਅਨਾਉਂਸ ਨਹੀਂ ਕੀਤਾਾਕੀ ਸਾਰੇ ਕੈਂਡੀਡੇਟ 12 ਦੇ 12 ਕਰ ਦਿੱਤੇ ਇੱਥੇ ਕੈਂਡੀਡੇਟ ਇਸ ਲਈ ਅਨਾਉਂਸ ਨਹੀਂ ਹੋਇਆ ਕਿ ਇੱਥੋਂ ਕਿਹੜੇ ਮਾ ਵੱਡੇ ਕਦ ਕਾਢਦਾ ਲੀਡਰ ਹੈ ਜਿਹਨੂੰ ਟਿਕਟ ਦਿੱਤੀ ਜਾਏ ਕਿਉਂਕਿ ਹੈ ਇਹ ਪੰਥਕ ਕੰਸਟੀਚੂਐਂਸੀ ਹੈ ਜਿਹਦੇ ਵਿੱਚ ਪੰਥਲੀਆਂ ਵੋਟਾਂ ਬਹੁਤ ਹਨ ਪਰ ਜੇ ਵੋਟਾਂ ਬਹੁਤ ਹਨ ਤਾਂ ਪਿਛਲੀ ਵਾਰੀ ਜਸਬੀਰ ਸਿੰਘ ਗਿਲਕੇ ਮੇ ਜਿੱਤ ਗਏ ਡੰਪਾ ਇਨੀ ਮਾਰਜਨ ਨਾਲ ਉਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਹਰਾਇਆ ਲੱਖ ਤੋਂ ਵੱਧ ਮਾਰਜਨ ਹੈ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਬੜੀ ਪੰਥਕ ਵੋਟਾਂ ਦੀ ਸਟਰੋਂਗ ਕੰਸਟੀਚੂਐਂਸੀ ਹੈ ਤੇ ਪਿਛਲੀ ਵਾਰੀ ਤੁਹਾਨੂੰ ਪਤਾ ਹੈ ਵੀ ਭਾਜਪੀ ਤੇ ਅਕਾਲੀ ਦਲ ਨੇ ਰਲ ਕੇ ਚੋਣਾਂ ਲੜੀਆਂ ਸੀ ਪਾਰਲੀਮੈਂਟ ਦੀਆਂ 2019 ਚ ਤਾਂ ਵੀ ਅਕਾਲੀ ਦਲ ਸੀਟ ਹਾਰ ਗਿਆ ਹਾਲਾਂਕਿ ਬੀਬੀ ਜਗੀਰ ਕੌਰ ਬਹੁਤ ਵੱਡਾ ਪੰਥਕ ਚਿਹਰਾ ਸਿੱਖ ਪੰਥ ਦਾ ਅਤੇ ਉਹਨਾਂ ਦਾ ਸਿੱਖ ਸਿਆਸਤ ਵਿੱਚ ਕਦ ਕਾਠ ਵੀ ਬੜਾ ਉੱਚਾ ਹੈ ਪਰ ਉਹ ਦਿਨ ਪੇ ਤਾਂ ਹਾਰ ਗਏ ਜਿਹੜਾ ਕਿ ਡਿੰਪਾ ਕੋਈ ਬਹੁਤ ਕਾਂਗਰਸ ਵਿੱਚ ਵੀ ਬੱਧੀ ਪੋਜੀਸ਼ਨ ਨਹੀਂ ਸੀ ਰੱਖਦਾ ਅਤੇ ਨਾ ਹੀ ਉਸ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕਾਂਗਰਸ ਦਾ ਉਹ ਬਹੁਤ ਵੱਡਾ ਲੀਡਰ ਸੀ ਵੱਡੇ ਕੱਟਕਾਠ ਦਾ ਲੀਡਰ ਸੀ ਸੋ ਹੁਣ ਉੱਥੇ ਆ ਗਏ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੇ ਆਉਣ ਨਾਲ ਇਹ ਦੋ ਪਾਰਟੀਆਂ ਜਿਨ੍ਹਾਂ ਨੇ ਕਿ ਹਲੇ ਤੱਕ ਆਪਣੇ ਕੈਂਡੀਡੇਟ ਅਨਾਉਂਸ ਨਹੀਂ ਕੀਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਮੁੜ ਵਿਚਾਰ ਕਰਨ ਤੇ ਮਜਬੂਰ ਹੋ ਗਏ ਆ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਮਰਜ਼ੀ ਸੀ ਕਿ ਉਹਨਾਂ ਦੇ ਮਾਝਾ ਦਾ ਜੋ ਲੀਡਰ ਮੰਨਿਆ ਜਾਂਦਾ ਹੈ ਉਹ ਵਿਕਰਮ ਬਜੀਠੀਆ ਮੰਨਿਆ ਜਾਂਦਾ ਹੈ ਬ੍ਰਹਮਪੁਰੇ ਤੋਂ ਬਾਅਦ ਸੋ ਇਹ ਹੁਣ ਰਣਜੀਤ ਸਿੰਘ ਬ੍ਰਹਮਪੁਰੇ ਤੋਂ ਬਾਅਦ ਮਾਝੇ ਦਾ ਲੀਡਰ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਜੋ ਹੈ ਵਿਕਰਮਜੀਤ ਮਜੀਠੀਏ ਨੂੰ ਮੰਨਿਆ ਜਾਂਦਾ ਹੈ ਵਿਕਰਮਜੀਤ ਮੱਢੀਠਿਆ ਜੋ ਹੈ ਕਿ ਉਹਨ ਇਥੋਂ ਚੋਣ ਲੜਨਗੇ ਕਿ ਨਹੀਂ ਲੜਨਗੇ ਕਿਉਂਕਿ ਅੱਗੇ ਵੀ ਜੇ ਉਹਨਾਂ ਨੇ ਲੜਨੀ ਹੁੰਦੀ ਤਾਂ ਸੁਖਵੀਰ ਬਾਦਲ ਉਹਨਾਂ ਦਾ ਨਾਂ ਪਿਛਲੇ ਬਾਕੀ ਕੈਂਡੀਡੇਟਾਂ ਦੇ ਨਾਲ ਹੀ ਅਨਾਉਂਸ ਕਰਦੇ ਤਾਂ ਹੁਣ ਮੈਨੂੰ ਐ ਲੱਗਦਾ ਵੀ ਸ਼ਾਇਦ ਹੁਣ ਉਹ ਬਿਲਕੁਲ ਹੀ ਇਥੋਂ ਚੋਣ ਨਹੀਂ ਲੜਨੀ ਪਸੰਦ ਕਰਨਗੇ ਕਿਉਂਕਿ ਜਿਹੜੇ ਪੰਥਕ ਵੋਟਾਂ ਵਿੱਚੋਂ ਸ਼੍ਰੋਮਣੀ ਅਗਾਲੀ ਦਲ ਨੂੰ ਵੋਟਾਂ ਪੈਣੀਆਂ ਉਹਦੇ ਵਿੱਚ ਸਨ ਲਾਣੀਆਂ ਅਮਰਿਤਪਾਲ ਸਿੰਘ ਨੇ ਔਰ ਜਿਹੜੀ ਨੌਜਵਾਨ ਵੋਟ ਹੈ ਇਸ ਕੰਸਟੀਚੂਐਂਸੀ ਦੀ ਉਹ ਸਾਰੀ ਦਾ ਰੁਖ ਜੋ ਹੈ ਅਮਰਿਤਪਾਲ ਸਿੰਘ ਵੱਲ ਹੋ ਜਾਏਗਾ ਉਹ ਚੋਣਾਂ ਕਿਹੜੇ ਪਲੈਂਕ ਤੇ ਲੜਨਗੇ ਉਹਨਾਂ ਦਾ ਚੋਣਾਂ ਲੜਨ ਦਾ ਮੈਨੀਫੈਸਟੋ ਕੀ ਹੈ ਉਹਨਾਂ ਦੀ ਮਾਤਾ ਨੇ ਜੋ ਡਿਫਾਈਨ ਕੀਤਾ ਉਹ ਬੜਾ ਸਿੰਪਲ ਜਿਹਾ ਇਹ ਤਾਂ ਐਂ ਲੱਗਦਾ ਜਿਵੇਂ ਕੈਮਾਫੋਲੋਜੀ ਕੀਤਾ ਹੋਵੇ ਅੱਗੇ ਮੂਰੇ ਰੱਖਿਆ ਹੋਵੇ ਤੇ ਮੋਟਿਵ ਤੇ ਇਲੈਕਸ਼ਨ ਜਿੱਤਣ ਦਾ ਉਹਨਾਂ ਨੇ ਕਿਹਾ ਕਿ ਉਹ ਲੜਨਗੇ ਚੋਣਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿੱਖੀ ਦਾ ਪ੍ਰਚਾਰ ਕਰਨਾ ਡਿਬਰੂਗਲ ਜੇਲ੍ਹ ਵਿੱਚ ਬੰਦ ਜੋ ਸਿੰਘ ਹਨ ਉਹਨਾਂ ਦੇ ਸਾਥੀ ਉਹਨਾਂ ਦੀ ਰੈ ਅਤੇ ਬਾਕੀ ਜੋ ਦੇਸ਼ ਭਰ ਵਿੱਚ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲਾਂ ਕੱਟ ਰਹੇ ਹਨ ਔਰ ਜੇਲਾਂ ਕੱਟ ਚੁੱਕੇ ਹਨ ਕੈਦਾਂ ਉਹਨਾਂ ਦੀਆਂ ਕਾਫੀ ਲੰਮੀਆਂ ਲੰਮੀਆਂ ਉਹਨਾਂ ਨੇ ਕੱਟ ਲੀਆਂ ਉਹਨਾਂ ਦੀ ਰਿਹਾਈ ਲਈ ਉਹ ਇਸ ਚੋਣ ਵਿੱਚ ਪ੍ਰਚਾਰ ਕਰਨਗੇ ਪ੍ਰਚਾਰ ਕਿਵੇਂ ਕਰਨਗੇ ਕਿ ਇਹ ਵੀ ਦੇਖਿਆ ਜਾਏਗਾ ਕਿ ਕੀ ਉਹਨਾਂ ਨੂੰ ਚੋਣ ਪ੍ਰਚਾਰ ਲਈ ਦਿਬੜੀ ਗੱਲ ਜੇਲ੍ਹ ਚੋਂ ਪੰਜਾਬ ਵਿੱਚ ਲਿਆਂਦਾ ਜਾਏਗਾ ਕਿ ਉਹਨਾਂ ਨੂੰ ਨਾਮਿਨੇਸ਼ਨ ਲਈ ਤੇ ਲਿਆਂਦਾ ਜਾਏਗਾ ਕਿ ਉਹ ਆਪਣਾ ਨਾਮਿਨੇਸ਼ਨ ਪਰਨ ਉਹਨਾਂ ਦਾ ਉਥੋਂ ਦੇ ਜੋ ਇਲੈਕਸ਼ਨ ਕਮਿਸ਼ਨਰ ਹੋਣਗੇ ਉਹਨਾਂ ਦੀ ਕੰਸਟੀਚੂਐਂਸੀ ਦੀਆਂ ਜਿੱਥੇ ਭਰੀਆਂ ਜਾਣੀਆਂ ਉੱਥੇ ਉਹ ਤੱਕ ਤੇ ਪਹੁੰਚਣਗੇ ਉਹਨਾਂ ਦੀ ਨਾਮਿਨੇਸ਼ਨ ਵੀ ਹੋ ਜਾਏਗੀ ਪਰ ਕੀ ਪ੍ਰਚਾਰ ਲਈ ਉਹਨਾਂ ਨੂੰ ਖੁੱਲੀ ਛੁੱਟੀ ਮਿਲ ਸਕੇਗੀ ਇਹ ਵੀ ਇੱਕ ਬੁਝਾਰਤ ਹੈ ਸੋ ਦੂਜੀ ਜੋ ਕਾਂਗਰਸ ਦੀ ਸੀਟ ਮੰਗ ਕੌਣ ਰਿਹਾ ਕਾਂਗਰਸ ਦੀ ਸੀਟ ਰਾਣਾ ਗੁਰਜੀਤ ਸਿੰਘ ਐਮਐਲਏ ਮੰਗ ਰੇ ਜੇ ਉਹਨਾਂ ਨੂੰ ਨਹੀਂ ਦੇਣੀ ਤੇ ਉਹ ਕਹਿੰਦੇ ਨੇ ਮੇਰੇ ਬੇਟੇ ਨੂੰ ਦੇ ਦਿਓ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਉਹ ਵੀ ਐਮਐਲਏ ਹੈ ਇਹ ਦੋਨੋਂ ਕੋਪੂਰਸਲਾ ਡਿਸਟ੍ਰਿਕਟ ਤੋਂ ਵੱਖਰੀਆਂ ਵੱਖਰੀਆਂ ਕੌਨਸਟਿਟੂਐਂਸੀਆਂ ਚੋ ਬਾਪ ਬੇਟਾ ਐਮਐਲਏ ਬਣੇ ਆ ਕਾਂਗਰਸ ਹਲੇ ਇਸ ਗੱਲ ਤੇ ਮੁੜ ਵਿਚਾਰ ਕਰੇਗੀ ਕਿ ਰਾਣਾ ਗੁਰਜੀਤ ਸਿੰਘ ਨੂੰ ਦੇਣੀ ਹੈ ਟਿਕਟ ਕਿ ਨਹੀਂ ਕਿਉਂਕਿ ਉਹ ਆਨੰਦਪੁਰ ਸਾਹਿਬ 'ਚ ਵੀ ਮੂੰਹ ਮਾਰ ਰਹੇ ਨੇ ਕਿ ਮੈਨੂੰ ਆਨੰਦਪੁਰ ਸਾਹਿਬ ਤੋਂ ਤੁਸੀਂ ਟਿਕਟ ਦੇ ਦਿਓ ਕਾਂਗਰਸ ਨੇ ਹਲੇ ਉੱਥੇ ਵੀ ਕੈਂਡੀਡੇਟ ਡਿਸਾਈਡ ਨਹੀਂ ਕੀਤਾ ਸੋ ਇਹ ਤਾਂ ਹੈ ਪ੍ਰਭਾਵ ਕਿ ਜੋ ਕੈਂਡੀਡੇਟ ਭਾਜਪਾ ਨੇ BSP ਨੇ ਆਮ ਆਦਮੀ ਪਾਰਟੀ ਨੇ ਖੜੇ ਕੀਤੇ ਨੇ ਉਹਨਾਂ ਕੈਂਡੀਡੇਟਸ ਨੂੰ ਇਹ ਪਤਾ ਲੱਗ ਗਿਆ ਹੈ ਕਿ ਜਿਹੜੀ ਵੋਟ ਨੌਜਵਾਨ ਪੀੜੀ ਦੀ ਹੈ ਉਹ ਭਾਵੇਂ ਕਿਸੇ ਪਾਰਟੀ ਵਿੱਚ ਵੀ ਆਉਣ ਉਹਨਾਂ ਨੂੰ ਹੁਣ ਉਹਦਾ ਬਹੁਤ ਵੱਡਾ ਹਿੱਸਾ ਨਹੀਂ ਮਿਲ ਸਕਣਾ ਕਿਉਂਕਿ ਜਿਹੜਾ ਨਵਾਂ ਕੈਂਡੀਡੇਟ ਆਇਆ ਉਹਦਾ ਪੰਜਾਬ ਦੇ ਨੌਜਵਾਨਾਂ ਦੇ ਮਨ ਉੱਤੇ ਬੜਾ ਅਸਰ ਹੈ ਪ੍ਰਭਾਵ ਹੈ ਤੇ ਚਾਹੇ ਪੰਜਾਬ ਵਿੱਚ ਚੁੱਪੀ છਾਈ ਹੋਈ ਹੈ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੀ ਜੇਲ੍ਹ ਵਿੱਚ ਬੰਦ ਹੋਣ ਤੋਂ ਬਾਅਦ ਨੈਸ਼ਨਲ ਸਕਿਉਰਿਟੀ ਐਕਟ ਤੋਂ ਬਾਅਦ ਪਰ ਉਹ ਚੁੱਪੀ ਜਿਹੜੀ ਹੈ ਉਹ ਇੱਕ ਪਛਲਾਵਾ ਹੈ ਕਿ ਲੋਕ ਬੋਲ ਨਹੀਂ ਰਹੇ ਉਹਦੇ ਸਮਰਥਨ ਕਿਉਂਕਿ ਉਹ ਆਪਣੇ ਆਪ ਨੂੰ ਅੱਗੇ ਪੇਸ਼ ਨਹੀਂ ਕਰ ਰਹੇ ਵੋਟਾਂ ਤਾਂ ਪੈਣੀਆਂ ਹਨ ਸੀਕ੍ਰੇਟ ਸੋ ਉਹ ਸਾਰੇ ਲੋਕ ਜੋ ਅਮਰਿਤਪਾਲ ਸਿੰਘ ਦੀ ਸੋਚ ਨਾਲ ਜੁੜੇ ਹੋਏ ਹਨ ਕਿਉਂਕਿ ਸਿੱਖਾਂ ਦੇ ਮਨਾਂ ਵਿੱਚ 1984 ਦਾ ਆਪਰੇਸ਼ਨ ਬਲੂਸਾਰ ਦਾ ਦਰਦ ਹੱਲੇ ਵੀ ਤਿੰਡਾਕਿਆਂ ਤੋਂ ਬਾਅਦ ਵੀ ਉਦਾਂ ਹੀ ਨਿਰੋਇਆ ਜਿਵੇਂ 1984 ਸੀ ਉਸ ਤੋਂ ਬਾਅਦ ਜੋ 1984 ਅਕਤੂਬਰ ਨਵੰਬਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ ਵਿੱਚ ਅਤੇ ਦਿੱਲੀ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਉਹਨਾਂ ਦੇ ਹਲੇ ਵੀ ਜ਼ਖਮ ਜਿਹੜੇ ਨੂੰ ਪੂਰ ਨਹੀਂ ਹੋਏ ਸੋ ਵੋਟਾਂ ਮਿਲਣ ਗਿਆ ਤਾਂ ਕਾਫੀ ਕਿ ਉਹ ਜਿੱਤ ਸਕੇਗਾ ਕਿ ਨਹੀਂ ਜਿੱਤੇਗਾ ਉਹ ਤੇ ਜਦੋਂ ਕੈਂਪੇਨ ਸ਼ੁਰੂ ਹੋਏਗੀ ਤੇ ਕਿਸ ਰੁਖ ਲੋਕ ਵੋਟਰ ਜਾਣਦੇ ਕਿਹੜੀ ਪਾਰਟੀ ਦੀਆਂ ਰੈਲੀਆਂ ਨੂੰ ਜਾਣਦੇ ਕਿਹੜੀਆਂ ਨਹੀਂ ਕਰਦੇ ਹੁਣ ਅਮਰਿਤਪਾਲ ਸਿੰਘ ਦੇ ਕੈਂਡੀਡੇਟਰ ਦਾ ਕਿਉਂ ਫਿਕਰ ਹੈ ਏਜੰਸੀਆਂ ਨੂੰ ਉਹਦਾ ਕਾਰਨ ਇਹ ਹੈ ਕਿ ਉਹ ਸਾਰੇ ਐਲੀਮੈਂਟਸ ਜੋ ਚੁੱਪ ਬੈਠਿਆਂ ਜੋ ਆਪਣਾ ਮਨ ਨਹੀਂ ਸਾਂਝਾ ਕਰ ਰਹੇ ਕਿਸੇ ਨਾਲ ਅਤੇ ਉਹ ਅਮਰਤਪਾਲ ਸਿੰਘ ਦੇ ਸਮਰਥਕ ਹਨ ਉਹ ਹੁਣ ਸਾਰੇ ਇਕਜੁੱਟ ਹੋ ਜਾਣਗੇ ਔਰ ਇਕਜੁੱਟ ਹੋ ਕੇ ਉਹ ਪਿੰਡ-ਪਿੰਡ ਜਾ ਕੇ ਪ੍ਰਚਾਰ ਵੀ ਕਰਨਗੇ ਗਲੀ ਮੱਲੇ ਵੀ ਜਾਣਗੇ ਕਿਉਂਕਿ ਅੰਮ੍ਰਿਤਪਾਲ ਸਿੰਘ ਭਾਵੇਂ ਆਪ ਪ੍ਰਚਾਰ ਕਰੇ ਨਾ ਕਰੇ ਉਹਦੀ ਮਾਤਾ ਉਹਦੀ ਪਿਤਾ ਜੀ ਉਹਦੇ ਚਾਚਾ ਜੀ ਉਹਨਾਂ ਦੀ ਧਰਮਪਤਨੀ ਪ੍ਰਚਾਰ ਵਿੱਚ ਬਾਹਰ ਆਂਦੀ ਹੈ ਕਿ ਨਹੀਂ ਆਂਦੀ ਇਹਦੇ ਬਾਰੇ ਅਸੀਂ ਹਲੇ ਕੁਝ ਨਹੀਂ ਕਹਿ ਸਕਦੇ ਉਹਦਾ ਕਾਰਨ ਇਹ ਹੈ ਕਿ ਉਹ ਸਿਟੀਜ਼ਨ ਹੈ ਯੂਕੇ ਦੀ ਯੂਨਾਈਟਿਡ ਕਿੰਗਡਮ ਦੀ ਤੋਂ ਦੂਸਰੇ ਮੁਲਕ ਦੀ ਸਿਟੀਜ਼ਨ ਹੈ ਉਹ ਉਸ ਨੂੰ ਭਾਰਤ ਸਰਕਾਰ ਨੇ ਜਾਣ ਵੀ ਨਹੀਂ ਦਿੱਤਾ ਉਹਦਾ ਵੀਜ਼ਾ ਵੀ ਖਤਮ ਹੋ ਗਿਆ ਸੀ ਪਰ ਫੇਰ ਵੀ ਉਸ ਨੂੰ ਉਹਨਾਂ ਨੇ ਇੱਥੇ ਹੀ ਰੱਖਿਆ ਤੇ ਉਹ ਆਪਣੇ ਸਹਰੇ ਘਰ ਚ ਰਹਿੰਦੀ ਹੈ ਕਿ ਉਹ ਪ੍ਰਚਾਰ ਤੇ ਆਏਗੀ ਸੋ ਜੋ ਵੱਡਾ ਦੇਖਣ ਆਲਾ ਹੈ ਕਿ ਇਹ ਜੋ ਅਮਰਿਤਪਾਲ ਸਿੰਘ ਨੂੰ ਇਹ ਕਿਹਾ ਜਾਂਦਾ ਕਿ ਉਸ ਨੇ ਜਿਹੜੀ ਕੈਨੇਡਾ ਅਮਰੀਕਾ ਯੂਕੇ ਅਤੇ ਹੋਰ ਆਸਟ੍ਰੇਲੀਆ ਵਗੈਰਾ ਦੇਸ਼ਾਂ 'ਚ ਉਹ ਐਲੀਮੈਂਟ ਜਿਹੜੇ ਪ੍ਰੋ ਖਾਲਸਤਾਨੀਆਂ ਉਹ ਉੱਥੇ ਗਤੀਵਿਧੀਆਂ ਵੀ ਕਰਦੇ ਹਨ ਉਹ ਸਾਰੇ ਹੁਣ ਐਕਸ਼ਨ 'ਚ ਆ ਜਾਣਗੇ ਔਰ ਉਸ ਨੂੰ ਨਾਤੇ ਫੰਡਾਂ ਦੀ ਕਮੀ ਹੋਣ ਦੇਣਗੇ ਔਰ ਆਪਣੇ ਆਪਣੇ ਪਿੰਡਾਂ ਵਿੱਚ ਉਹ ਇਵੇਂ ਹੀ ਪ੍ਰਚਾਰ ਕਰਨਗੇ ਜਿਵੇਂ ਆਮ ਆਦਮੀ ਪਾਰਟੀ ਲਈ ਐਨ ਆਰ ਆਈਜ਼ ਨੇ 2022 ਦੀਆਂ ਚੋਣਾਂ ਵਿੱਚ ਬਾਹਰ ਬੈਠੇ ਬੈਠੇ ਪ੍ਰਚਾਰ ਕੀਤਾ ਅਤੇ ਜੋ ਇੱਥੇ ਸਾਡੀਆਂ ਟ੍ਰੈਡੀਸ਼ਨਲ ਪਾਰਟੀਆਂ ਸੀ ਕਾਂਗਰਸ ਤੇ ਅਕਾਲੀ ਦਲ ਉਹਨਾਂ ਨੂੰ ਕਾਫੀ ਛੱਟ ਮਾਰੀ ਅਕਾਲੀ ਦਲ ਨੂੰ ਤਾਂ ਹੋ ਜਾਈ ਫੇਰ ਤਾਂ ਉਹਨਾਂ ਦੇ ਤੇ ਸੀਟਾਂ ਹੀ ਤੇ ਨਾ ਹੀ ਆ ਉਹ ਸਾਰਾ ਐਲੀਮੈਂਟ ਹੁਣ ਐਕਟੀਵੇਟ ਹੋ ਜਾਏਗਾ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਇੱਕ ਦੋਸ਼ ਲਾਇਆ ਜਾਂਦਾ ਸੀ ਕਿ ਅਵਤਾਰ ਸਿੰਘ ਖੰਡਾ ਜੋ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਨ ਅਤੇ ਜਿਨ੍ਹਾਂ ਦਾ ਬੜੇ ਕੰਟਰੋਵਰਸ਼ੀਅਲ ਢਾਂਗ ਨਾਲ ਹਸਪੀਟਲ ਚ ਉਹਨਾਂ ਦਾ ਦਿਹਾਂਤ ਹੋ ਗਿਆ ਅਤੇ ਉਹਨਾਂ ਦੇ ਉਹਦੇ ਤੇ ਕੰਟਰੋਵਰਸੀ ਵੀ ਰਹੀ ਉਹ ਇਹਦੇ ਮੈਂਟਰ ਸਨ ਅੰਮ੍ਰਿਤਪਾਲ ਸਿੰਘ ਸੋ ਜਿਹੜੀ ਖਾਲਸਾਨ ਲਿਬਰੇਸ਼ਨ ਫੋਰਸ ਦੀ ਦੁਨੀਆ ਭਰ ਚ ਜਿੱਥੇ ਕਿੱਥੇ ਵੀ ਉਹਨਾਂ ਦਾ ਲੋਕ ਬੈਠੇ ਹੋ ਜਾਣ ਸਮਰਥਕ ਬੈਠੇ ਹੋ ਜਾਣ ਉਹ ਸਾਰੇ ਇੱਕਦਮ ਐਕਟਿਵ ਹੋ ਜਾਣਗੇ ਅਤੇ ਉਹ ਦੇਖਣਗੇ ਕਿ ਉਹ ਕਿਵੇਂ ਅਮਰਤਪਾਲ ਸਿੰਘ ਦੀ ਮਦਦ ਕਰਦੇ ਹਨ ਉਹਦੇ ਵਿੱਚ ਮਾਇਕ ਮਦਦ ਵੀ ਆਂਦੀ ਹੈ ਕੈਂਪੇਨਿੰਗ ਕੈਂਪੇਨਿੰਗ ਲਈ ਉਹਨਾਂ ਨੂੰ ਇੱਥੇ ਆਨ ਦੀ ਲੋੜ ਨਹੀਂ ਮੋਬਾਈਲ ਤੇ ਵਟਸਐਪ ਤੇ ਪਿੰਡ ਪਿੰਡ ਉਹ ਆਪਣੀ ਸਿੱਧੀ ਗੱਲਬਾਤ ਕਰਕੇ ਉਹਦੇ ਹੱਕ ਚ ਬੋਲ ਸਕਦੇ ਆ ਔਰ ਇਸ ਕਰਕੇ ਇਸ ਜਿਹੜਾ ਕੈਂਡੀਡੇਟ ਹੈ ਇਹਦੇ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੀਆਂ ਇਹਦੀਆਂ ਰੀਪਰਕਾਸ਼ਨਸ ਹਨ ਉਹਨਾਂ ਬਾਰੇ ਅਸੀਂ ਚਰਚਾ ਕਰ ਰਹੇ ਆ ਕਿਉਂਕਿ ਜਿਵੇਂ ਜਿਵੇਂ ਤੁਹਾਨੂੰ ਪਤਾ ਹੈ ਹਰਦੀਪ ਸਿੰਘ ਨਿਜਰ ਦਾ ਕਤਲਿਆਮ ਹੋਇਆ ਉਸ ਦਾ ਉਸ ਦੇ ਗੁਰਦੁਆਰੇ ਦੀ ਪਾਰਕਿੰਗ ਲਾਰਟ ਚ ਉਹਨੂੰ ਦੋ ਅਣਪਛਾਤੇ ਵਿਅਕਤੀ ਆ ਕੇ ਮਾਰ ਗਏ ਔਰ ਉਹਦਾ ਜੋ ਅਸਰ ਹੋਇਆ ਇੰਟਰਨੈਸ਼ਨਲ ਪੋਲਿਟਿਕਸ ਤੇ ਜਿਵੇਂ ਕਿ ਤੁਸੀਂ ਸੁਣ ਚੁੱਕੇ ਹੋ ਕਿ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਵਿੱਚ ਸਿਰਫ ਕੂਟਨੀਨੀ ਨੀ ਵਦੀ ਪਰ ਉਹਨਾਂ ਸਬੰਧਾਂ ਵਿੱਚ ਜਿਹੜੀ ਹੈ ਕਾਫੀ ਜਾਨੀ ਕਿ ਜਿਹਨੂੰ ਕਹੀਏ ਅਸੀਂ ਬਰਫ ਵਰਗੇ ਸਬੰਧ ਹੋ ਗਿਆ ਇੱਕਦੋਂ ਠੀਕ ਹੋਣਗੇ ਇਹਦਾ ਹਲੇ ਕੋਈ ਸਾਹਮਣੇ ਨਹੀਂ ਤੋਂ ਇਹ ਜਿਹੜਾ ਸਾਰਾ ਹੈਗਾ ਗੁਰਪਤਵੰਨ ਸਿੰਘ ਪੰਨੂ ਆ ਜਿਹੜਾ ਸਿੱਖ ਫਾਰ ਜਸਟਿਸ ਵਾਲਾ ਕਿਉਂਕਿ ਨਜ਼ਰ ਜਿਹੜਾ ਸੀਗਾ ਉਹ ਦਾ ਕੈਨੇਡਾ ਦਾ ਹੈੱਡ ਸੀ ਤੇ ਵੈਸੇ ਉਹ ਸਿੱਖ ਫਾਰ ਜਸਟਿਸ ਦਾ ਵਾਈਸ ਰੈਡੀਡੈਂਟ ਸੀ ਜਿਹੜੀ ਇੰਟਰਨੈਸ਼ਨਲ ਬਾਡੀ ਹੈ ਜਿਹਦਾ ਗੁਰਪਤਵੰਨ ਸਿੰਘ ਪੰਨੂ ਸੋ ਇਹ ਜੋ ਸਾਰੀਆਂ ਫੋਰਸਿਸ ਹਨ ਵਿਦੇਸ਼ਾਂ ਚ ਬੈਠੀਆਂ ਹੋਈਆਂ ਪ੍ਰੋ ਕਾਲਿਸਤਾਨੀ ਇਹਨਾਂ ਸਾਰੀਆਂ ਦੇ ਅੰਦਰ ਜਿਹੜੀ ਇੱਕਦਮ ਐਕਟੀਵਿਟੀ ਸ਼ੁਰੂ ਹੋ ਜਾਏਗੀ ਉਹ ਵੇਟ ਕਰ ਰਹੀਆਂ ਕਿ ਉਹ ਨਾਮਿਨੇਸ਼ਨ ਕਦੋਂ ਪਰਦੇ ਕਿਉਂਕਿ ਸਰਕਾਰ ਉਹਨਾਂ ਨੂੰ ਨਾਮਿਨੇਸ਼ਨ ਭਰਨ ਦੇਗੀ ਕਿ ਉਹਨਾਂ ਨੂੰ ਜੇਲ੍ਹ ਚੋਂ ਰਿਲੀਜ਼ ਕੀਤਾ ਜਾਏਗਾ ਕਿ ਉਹ ਆਪਣਾ ਨਾਮੀਨੇਸ਼ਨ ਭਰ ਲੈਣ ਚਾਏ ਸਕਿਉਰਿਟੀ ਫੋਰਸਿਜ਼ ਉਹਨਾਂ ਨੂੰ ਲੈ ਕੇ ਆਣ ਉਹਨਾਂ ਨੂੰ ਰਿਲੀਜ਼ ਨਾ ਵੀ ਕਰਨ ਕਿ ਉਹ ਭਰ ਸਕਣਗੇ ਨਾਮੀਨੇਸ਼ਨ ਕਿ ਨਹੀਂ ਇਸ ਗੱਲ ਬਾਰੇ ਵੀ ਜਿਹੜੀ ਅਸੀਂ ਚਰਚਾ ਕਰਾਂਗੇ ਜਦੋਂ ਨਾਮੀਨੇਸ਼ਨ ਖੰਡੂਰ ਸਾਹਿਬ ਭਰੇ ਜਾਣਗੇ ਤਾਂ ਕੀ ਅਵਸਥਾ ਬਣਦੀ ਹੈ ਅਵਸਥਾ ਜਿਹੜੀ ਇਹ ਬਣ ਗਈ ਹੈ ਕਿ ਅਮਰਿਤਪਾਲ ਸਿੰਘ ਦੀ ਜਿਹੜੀ ਕੰਪੇਨਿੰਗ ਹੋਏਗੀ ਉਹ ਬਾਕੀ ਜਿਹੜੀਆਂ 12 ਕੰਸਟੀਚੁਐਂਸੀਜ਼ ਐ ਉਹਨਾਂ ਨੂੰ ਵੀ ਪ੍ਰਭਾਵਿਤ ਕਰੇਗੀ ਉਹਨਾਂ ਦੇ ਵੀ ਜਿਹੜੇ ਐਲੀਮੈਂਟ ਉੱਥੇ ਬੈਠੇ ਆ ਉਹ ਪ੍ਰੋ ਖਾਲਸਤਾਨ ਐਲੀਮੈਂਟ ਜੋ ਦੇਸ਼ ਵਿੱਚ ਹਨ ਸ਼੍ਰੋਮਣੀ ਅਕਾਲੀ ਦਲ ਲੰਬਰ ਸਰ ਜੋ ਸਿਮਰਨਜੀਤ ਸਿੰਘ ਮਾਨ ਜੀ ਦੇ ਮੁਖੀ ਹਨ ਉਹਨਾਂ ਨੇ 13 ਦੀਆਂ 13 ਸੀਟਾਂ ਤੇ ਕੈਂਡੀਡੇਟ ਖੜੇ ਕੀਤੇ ਹਨ ਤੇ ਚੰਡੀਗੜ੍ਹ ਦੀ ਸੀਟ ਤੇ ਵੀ ਉਹ ਖੜੇ ਕਰ ਰਹੇ ਆ ਸੋ 엘ਿਮੈਂਟ ਤਾਂ ਹਨ ਔਰ ਕੋਈ ਲੋਕੇ ਛਿਪੇ ਤਾਂ ਹਨ ਨਹੀਂ ਉਹ ਤਾਂ ਖੁੱਲੇ ਹੀ ਹਨ ਕਿਉਂਕਿ ਸਿਮਰਨ ਜੀਸਿੰਦੇ ਮਾਨ ਦਾ ਜਿਹੜਾ ਬੇਟਾ ਹੈ ਈਮਾਨ ਸਿੰਘ ਮਾਨ ਉਸ ਦਾ ਨਾਮਿਨੇਸ਼ਨ ਭਰਿਆ ਗਿਆ ਅੰਮ੍ਰਿਤਸਰ ਸਾਹਿਬ ਤੋਂ ਸੋ ਇਹ ਦੋ ਵੱਡੇ ਜਿਹੜੇ ਸਾਡੇ ਇੰਪੋਰਟੈਂਟ ਸਿਟੀ ਆਨ ਅੰਮ੍ਰਿਤਸਰ ਔਰ ਦੂਜੇ ਪਾਸੇ ਖਡੂਰ ਸਾਹਿਬ ਇਹ ਵੀ ਸਿੱਖਾਂ ਦਾ ਧਾਰਮਿਕ ਵਿਰਾਸਤ ਵਾਲਾ ਸ਼ਹਿਰ ਹੈ ਕੌਨਸੀ ਟਿਊਨਸੀ ਹੈ ਔਰ ਅਮਰਿਤਪਾਲ ਸਿੰਘ ਦੇ ਖੜੇ ਹੋਣ ਨਾਲ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਜੀ ਜੋ ਖੜੇ ਹਨ ਉਹਦੀ ਕੌਨਸਟਿਊਐਂਸੀ ਉੱਪਰ ਇਹਦਾ ਕੀ ਪ੍ਰਭਾਵ ਪੈਂਦਾ ਉਥੋਂ ਦੇ ਵੋਟਰਾਂ ਦਾ ਤੋ ਇਹ ਜਿਹੜੀ ਸਾਰੀ ਗੱਲਬਾਤ ਹੈ ਜੋ ਚਰਚਾ ਇਸ ਨੂੰ ਮੈਂ ਨਿਪਟਾਉਂਦਾ ਹੋਇਆ ਇਹ ਕਹਿਣਾ ਚਾਹਨਾ ਕਿ ਬੇ ਅਮਰਤਪਾਲ ਸਿੰਘ ਦੇ ਪਾਰਲੀਮੈਂਟ ਦੀ ਚੋਣ ਵਿੱਚ ਉਮੀਦਵਾਰ ਬਣ ਦਾ ਜੋ ਫੈਸਲਾ ਅਨਾਉਂਸ ਕੀਤਾ ਗਿਆ ਉਹਦੀ ਮਾਤਾ ਵੱਲੋਂ ਉਸ ਫੈਸਲੇ ਦਾ ਅਸਰ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਪਰ ਪਵੇਗਾ। ਔਰ ਜਦੋਂ ਕੰਪੇਨਿੰਗ ਸ਼ੁਰੂ ਹੋਏਗੀ ਉਸ ਕੰਪੇਨਿੰਗ ਵਿੱਚ ਇਹ ਸਾਨੂੰ ਨਹੀਂ ਸੋਚਣਾ ਚਾਹੀਦਾ ਉਹ ਕਦੀ ਵੀ ਖਾਲਿਸਤਾਨ ਦੀ ਸਿੱਧੀ ਕੰਪੇਨਿੰਗ ਅਮਰਪਾਲ ਸਿੰਘ ਨਹੀਂ ਕਰੇਗਾ ਪਰ ਸਿੱਖ ਮੁੱਦਿਆਂ ਨੂੰ ਹਾਈਲਾਈਟ ਕਰਨ ਤੋਂ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਬੰਦੀ ਸਿੰਘਾਂ ਦੀ ਰਿਆਈ ਡਿਬਰੂਕਰ ਜੇਲ੍ਹ 'ਚ ਬੈਠੇ ਨੈਸ਼ਨਲ ਸਕਿਉਰਿਟੀ ਐਕਟ ਵਿੱਚ ਕੈਦ ਜੋ ਉਹਨਾਂ ਨਾਲ 8 ਬੰਦੇ ਹੋਰ ਹਨ ਉਹਨਾਂ ਦੀ ਰਿਆਈ ਇਹ ਸਾਰੇ ਮੁੱਦੇ ਤੇ ਬਣ ਗਏ ਇਹ ਮੁੱਦੇ ਫਿਰ ਕੀ ਜੋ ਸਾਡਾ ਵੋਟਾਂ ਦਾ ਸਿਸਟਮ ਹੈ ਉਹਦੇ ਵਿੱਚ ਇਨਫਲੂਐਂਸ ਕਰ ਸਕੇਗਾ ਅਮਰਿਤਪਾਲ ਸਿੰਘ ਕਿ ਨਹੀਂ ਇਹ ਸਾਨੂੰ ਜਦੋਂ ਕੰਪੇਨਿੰਗ ਸ਼ੁਰੂ ਹੋਏਗੀ ਕੰਪੇਨ ਪੱਕੇਗੀ ਪ੍ਰਚਾਰ ਪੱਕੇਗਾ ਸਾਰੇ ਪੰਜਾਬ 'ਚ ਨਾਮੀਨੇਸ਼ਨ ਕਲੋਜ਼ ਹੋ ਜਾਣਗੀਆਂ ਉਸ ਸਮੇਂ ਪਤਾ ਲੱਗੇਗਾ ਸੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਨ ਤੋਂ ਪਹਿਲੇ ਮੈਂ ਇੱਕ ਵਾਰੀ ਫੇਰ ਕਹਿੰਦਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਨੇ ਨਾਮਿਨੇਸ਼ਨ ਭਰਨ ਦਿੱਤੀ ਔਰ ਉਹਨਾਂ ਨੇ ਨਾਮਿਨੇਸ਼ਨ ਖੰਡੂਰ ਸਾਹਿਬ ਤੋਂ ਭਰ ਦਿੱਤੀ ਤਾਂ ਪੰਜਾਬ ਦੀ ਜੋ ਵੋਟਾਂ ਦੀ ਸਿਆਸਤ ਹੈ ਉਸ ਵਿੱਚ ਬੜੀ ਵੱਡੀ ਹਲਚਲ ਮੱਚੇਗੀ ਇਹ ਕਹਿੰਦਾ ਹੋਇਆ ਮੈਂ ਇਸ ਚਰਚਾ ਨੂੰ ਇੱਥੇ ਸਮਾਪਤ ਕਰਦਾ ਔਰ ਮੈਂ ਆਪ ਜੀ ਨੂੰ ਮੋੜ ਗੁਜਾਰਿਸ਼ ਕਰਦਾ ਕਿ ਜੇਕਰ ਤੁਸੀਂ ਅੰਮ੍ਰਿਤ ਪ੍ਰਸਾਰ ਨੂੰ ਹੰਤਿਕਨ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਹਨੂੰ ਲਾਈਕ ਕਰੋ ਇਹਦਾ ਬੈਲ ਆਈਕਨ ਜ਼ਰੂਰ ਦਬੋ ਤੁਸੀਂ ਘੰਟੀ ਦਬਾਓਗੇ ਤਾਂ ਤੁਹਾਨੂੰ ਵੀਡੀਓ ਸਭ ਤੋਂ ਪਹਿਲੇ ਮਿਲੇਗੀ ਸੋ ਅਗਲੀ ਮੇਰੀ ਗੁਜਾਰਿਸ਼ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਮਿੱਤਰਾਂ ਨਾਲ ਸਬੰਧੀਆਂ ਨਾਲ ਅਤੇ ਉਸ ਤੋਂ ਵੀ ਹੋਰ ਵੱਡੇ ਘੇਰੇ ਵਿੱਚ ਇਸ ਨੂੰ ਸ਼ੇਅਰ ਕਰੋ ਧੰਨਵਾਦ ਸਾਸਤਰੀ ਅਕਾ